कैंपस प्रोम अज असी तुहानू लेके चल रहे हैं संत मियाँ सिंह राजा पीर सीनियर सैकेंडरी स्कूल जो कि राजियाना मोगा विखे स्थित है। यह स्कूल CBSE बोर्ड तो अफिलेटेड है विद्या दा तारा ए स्कूल जो कि बच्चों लिए वरदान है। इस स्कूल के चेयरमैन सरदार जगतार सिंह राजियाना जी जो कि एक समाज सेवी इंसान है और अपने पिता के पूरने से चलदा होया स्कूल की तरक्की उपराले करते रहते हैं। स्कूल विखे अज के टाइम की हर तरीके की मॉडर्न फैसिलिटी मौजूद है। स्कूल में बच्चों को पढ़ाई के नाल नाल धार्मिक और कल्चरल एक्टिविटीज़ के नाल भी जोड़ा जाता है। साई टीम ने स्कूल के प्रिंसीपल मैम ने गलबात की जो कि बहुत ही मेहनती इंसान है और हमेशा ही बच्चों को गाइड करने तैयार रहते हैं। जेकर तुम भी अपना सुनहरे भविख बनाना चाहते हो तो पहुंचो संत मियाँ सिंह राजा पीर पब्लिक सीनियर सैकेंडरी स्कूल राजियाना मोगा विखे। दर्शको पंजाब प्लस चैनल पर तुहाडा स्वागत है। अज असीं आए हैं विद्या दी दानी उस संस्था के कोल जिहड़ी पिछले लंबे समय तो एक पेंडू एरिए दे विच बहुत वड्डियां सेवावां दे रही है और गल कर रहे प्रिंसीपल मैडम दे नाल जिन्होंने 2022-23 दे विच जिहड़ा हैगा सैशन बहुत ही सक्सैसफुली बहुत वधिया रिजल्ट्स दे के बच्चों नू नवाजिया और गल कर रहे प्रिंसीपल मैडम नाल। मैडम स्वागत है तुहाडा। थैंक यू सर, बहुत बहुत धन्यवाद। मैडम की कहना चाहोगे कि विद्या दी दानी संस्था जिहड़ी पिछले लंबे समय तो सेवा करदी आ रही हैगी और जिहदे विच हमेशा सेवा संस्कार और बच्चों नू एक वैल्यूज़ देने का माइंड हैगा, की कहना चाहोगे? ਇਹਦੇ ਰਿਗਾਰਡਿੰਗ ਸਰ ਮੈਂ ਇਹੀ ਕਹਾਂਗੀ ਕਿ ਸਭ ਤੋਂ ਪਹਿਲਾਂ ਤਾਂ ਸੰਤ ਮੀਆਂ ਸਿੰਘ ਜੀ ਦੀ ਬਹੁਤ ਕਿਰਪਾ, ਕਿਉਂਕਿ ਉਹਨਾਂ ਦੀ ਹੀ ਚਰਨ ਕਮਲਾ ਸਦਕਾ ਸਕੂਲ ਦਾ ਜਿਹੜਾ ਆਰੰਭ ਹੋਇਆ ਸੀ ਔਰ ਉਹਨਾਂ ਦੇ ਪੂਰਨਿਆਂ 'ਤੇ ਚੱਲਦਿਆਂ ਹੋਇਆਂ ਸਾਨੂੰ ਮਾਣ ਮਹਿਸੂਸ ਹੁੰਦਾ ਔਰ ਸੰਸਥਾ ਦੇ ਵਿੱਚ ਤਰੱਕੀ ਲਈ ਜੋ ਵੀ ਹੋ ਰਿਹਾ ਉਹ ਸਮੁੱਚੀ ਮੈਨੇਜਮੈਂਟ ਕਮੇਟੀ ਅਤੇ ਚੇਅਰਮੈਨ ਸਰਦਾਰ ਜਗਤਾਰ ਸਿੰਘ ਜੀ ਉਹਨਾਂ ਦੇ ਹੀ ਗਾਈਡੈਂਸ ਦੇ ਅਧੀਨ ਅਸੀਂ ਕੰਮ ਕਰ ਰਹੇ ਹਾਂ ਸਾਰੇ। ਸੋ ਸਕੂਲ ਨੂੰ ਤਰੱਕੀ ਵੱਲ ਲਿਜਾਣ ਲਈ ਸਾਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਹੈ, ਉਹਨਾਂ ਦੇ ਸਹਿਯੋਗ ਦੀ ਲੋੜ ਪੈਂਦੀ ਹੈ ਔਰ ਉਹ ਹਰ ਸਮੇਂ ਸਾਨੂੰ ਸਹਿਯੋਗ ਵੀ ਦਿੰਦੇ ਨੇ। ਸੋ ਅਸੀਂ ਇਹੀ ਚਾਹੁੰਦੇ ਹਾਂ ਕਿ ਜੋ ਸੁਸਾਇਟੀ ਦੇ ਵਿੱਚ ਇੱਕ ਮੈਸੇਜ ਚੰਗਾ ਜਾਵੇ ਤਾਂ ਸੁਸਾਇਟੀ ਵਧੀਆ ਹੋਏਗੀ, ਤਾਂ ਆਮ ਤੌਰ 'ਤੇ ਫਿਰ ਅਸੀਂ ਅੱਗੇ ਅਗਾਂਹ ਵਧੂ ਜਿਹੜਾ ਸਮਾਜ ਹੈ ਉਹਨੂੰ ਇੱਕ ਚੰਗੀ ਸੇਧ ਦੇ ਸਕਦੇ ਹਾਂ। ਮੈਡਮ ਗੱਲ ਕਰ ਲਈਏ ਆਪਾਂ ਇੱਥੋਂ ਦੇ ਵੈਲਿਊਜ਼ ਦੀ ਗੱਲ ਕਰ ਲਈਏ ਕਿ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਕੇਵਲ ਵਿੱਦਿਆ ਦਾ ਦਾਨ ਹੀ ਨਹੀਂ ਉਹਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼, ਗੇਮਸ, ਓਵਰਆਲ ਡਿਵੈਲਪਮੈਂਟ ਔਰ ਗਰੀਨਰੀ ਨਾਲ ਭਰਿਆ ਲੱਸ਼ੀ ਗਰੀਨੀ ਇਹ ਗਰਾਊਂਡਸ ਹੈਗੇ ਆ ਜਿਹਦੇ 'ਚ ਬੱਚਿਆਂ ਦਾ ਆਕਸੀਜਨ ਲੈਵਲ ਆ ਜਿਹੜਾ ਉਹ ਬਿਲਕੁਲ ਵਧੀਆ ਰਹਿੰਦਾ। ਬਿਲਕੁਲ ਜੀ, ਜਿਵੇਂ ਅਸੀਂ ਕਹਿੰਦੇ ਹਾਂ ਕਿ ਇੱਕ ਜਿਹੜਾ ਸੁਚੇਤ ਮਨ ਹੈ ਉਹ ਤਾਂ ਹੀ ਰਹੂਗਾ ਜੇ ਸਾਡੀ ਜਿਹੜੀ ਸਿਹਤ ਹੈ ਉਹ ਅੱਛੀ ਹੈ। ਸੋ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਿਆ ਜਾਂਦਾ, ਬੱਚਿਆਂ ਨੂੰ ਖੁੱਲ੍ਹੇ ਵਾਤਾਵਰਨ ਵਿੱਚ ਖੇਡਾਂ ਲਈ ਵੀ ਪੂਰਾ ਵਧੀਆ ਮੌਕਾ ਦਿੱਤਾ ਜਾਂਦਾ ਔਰ ਜੇ ਅਸੀਂ ਗੱਲ ਕਰੀਏ ਬੱਚਿਆਂ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਉਹਦੇ ਲਈ ਵੀ ਮੋਰਲ ਵੈਲਿਊਜ਼ ਦੇ ਲੈਕਚਰ ਦਿੱਤੇ ਜਾਂਦੇ ਆ ਸਕੂਲ ਦੇ ਵਿੱਚ ਔਰ ਬੱਚਿਆਂ ਨੂੰ ਵੱਖ ਵੱਖ ਕੰਪੀਟੀਸ਼ਨ ਹੈ ਜਿਹੜੇ ਉਹਨਾਂ ਦੇ ਵਿੱਚ ਵੀ ਪਾਰਟੀਸਪੇਟ ਕਰਵਾਇਆ ਜਾਂਦਾ। ਮੈਡਮ CCTV ਕੈਮਰਿਆਂ ਨਾਲ ਲੈਸ ਇਸ ਸਕੂਲ ਜਿਹਦੇ ਵਿੱਚ ਕਿ ਬੱਚਿਆਂ ਦਾ ਹਰ ਐਕਟੀਵਿਟੀ 'ਤੇ ਧਿਆਨ ਦਿੱਤਾ ਜਾਂਦਾ ਔਰ ਬਹੁਤ ਹੀ ਨਜ਼ਦੀਕੀ ਨਿਗਾਹ ਦੇ ਨਾਲ ਇਹ ਜਿਹੜਾ ਸਕੂਲ ਚੱਲਦਾ ਹੈਗਾ ਜਿਹਦੇ ਵਿੱਚ ਵੈਲ ਐਕੁਪਾਈਡ ਲੈਬਸ ਔਰ ਲਾਇਬ੍ਰੇਰੀ ਬਹੁਤ ਵਧੀਆ ਹੈਗੀ ਆ, ਉਹਦੇ ਨਾਲ ਨਾਲ ਸਮਾਰਟ ਕਲਾਸਰੂਮ ਹਰ ਤਰ੍ਹਾਂ ਦਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਤਾਂ ਦਿੱਤਾ ਹੋਇਆ ਹੈਗਾ ਬਹੁਤ ਵੱਡੇ ਵੱਡੇ ਸ਼ਹਿਰੀ ਸਕੂਲਾਂ ਦੇ ਬਰਾਬਰ, ਲੇਕਿਨ ਫੀਸ ਆ ਜਿਹੜੀ ਉਹ ਬੜੀਆਂ ਘੱਟ ਆ। ਕਿਉਂਕਿ ਜੀ ਸਕੂਲ ਨੋ ਪ੍ਰੋਫਿਟ ਨੋ ਲੋਸ ਦੀ ਨੀਤੀ 'ਤੇ ਚੱਲ ਰਿਹਾ। ਸੋ ਇਸ ਸਕੂਲ ਦਾ ਮੁੱਖ ਜਿਹੜਾ ਮੋਟਿਵ ਹੈ ਇੱਕ ਆਮ ਵਰਗ ਜੋ ਹੈ ਉਹਨਾਂ ਘਰਾਂ ਦੇ ਬੱਚਿਆਂ ਨੂੰ ਇੱਕ ਵਧੀਆ ਸਿੱਖਿਆ ਪ੍ਰਦਾਨ ਕਰਨਾ। ਸੋ ਕੋਸ਼ਿਸ਼ ਇਹ ਰਹਿੰਦੀ ਹੈ ਕਿ ਫੀਸਾਂ ਘੱਟ ਰੱਖੀਆਂ ਜਾਣ ਔਰ ਜੋ ਸਕੂਲ ਦਾ ਖਰਚ ਕਰਨ ਲਈ ਜ਼ਰੂਰੀ ਹੈ ਜਿੰਨਾ ਕੁ ਸਾਨੂੰ ਖਰਚਾ ਚਾਹੀਦਾ ਉਸ ਆਧਾਰ 'ਤੇ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਨਿਰਧਾਰਿਤ ਕੀਤੀਆਂ ਜਾਂਦੀਆਂ ਔਰ ਨੋ ਪ੍ਰੋਫਿਟ ਨੋ ਲੋਸ 'ਤੇ ਚੱਲਦਿਆਂ ਹੋਇਆਂ ਵੀ ਸਕੂਲ ਬਹੁਤ ਵਧੀਆ ਤਰੱਕੀ ਵੱਲ ਜਾ ਰਿਹਾ। ਜੋ ਕਿ ਰੀਸੈਂਟਲੀ ਆਪਾਂ CBSE ਐਫੀਲੇਸ਼ਨ ਲਈ ਹੈ ਤਾਂ ਉਸ ਦੌਰਾਨ ਜੋ ਵੀ ਬੱਚਿਆਂ ਨੂੰ ਸੁਵਿਧਾਵਾਂ ਚਾਹੀਦੀਆਂ ਸੀ ਉਹ ਸਾਰੀਆਂ ਪ੍ਰਦਾਨ ਕਰ ਰਹੇ ਹਾਂ। ਮੈਡਮ ਕੀ ਕਹਿਣਾ ਚਾਹੋਗੇ ਕਿ CBSE ਬਹੁਤ ਵੱਡਾ ਕਰਿਕੁਲਮ ਹੁੰਦਾ CBSE ਦਾ ਔਰ ਉਹਨੂੰ ਉਹਦੀ ਐਫੀਲੇਸ਼ਨ ਬੜੀ ਔਖੀ ਹੁੰਦੀ ਆ ਔਰ ਸਕੂਲ ਨੇ ਬਹੁਤ ਐਫਰਟਸ ਕੀਤੇ ਆ ਜਿਹਦੇ ਨਾਲ ਅੱਜ ਇਹ CBSE ਹੋ ਚੁੱਕਿਆ ਹੈਗਾ ਔਰ ਉਹਦੇ ਵਿੱਚ CBSE ਵੀ ਹੈ ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੋਨੇ ਬੋਰਡ ਜਿਹੜੇ ਹੈਗੇ ਆ ਇੱਥੇ CBSE ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੀ ਜਿਹਨੇ ਜੋ ਕਿਸੇ ਨੂੰ ਲਾਈਕਿੰਗ ਹੈਗੀ ਆ ਉਹੀ ਉਹ ਇੱਥੇ ਜੁਆਇਨ ਕਰ ਸਕਦਾ। ਐਕਚੁਲੀ ਪਹਿਲਾਂ ਇਹ 26 ਸਾਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਐਫੀਲੇਟ ਸੀ ਸਕੂਲ, ਪਰੰਤੂ ਹੁਣ ਬਿਲਕੁਲ ਜਿਹੜਾ ਸਕੂਲ ਹੈ ਨਰਸਰੀ ਤੋਂ ਲੈ ਕੇ ਪਲੱਸ 2 ਤੱਕ CBSE ਬੋਰਡ ਤੋਂ ਹੀ ਮਾਨਤਾ ਪ੍ਰਾਪਤ ਹੈ ਔਰ ਸਕੂਲ ਦੇ ਵਿੱਚ CBSE ਪੈਟਰਨ ਦੇ ਅਨੁਸਾਰ ਹੀ ਸਾਰਾ ਕਰਿਕੁਲਮ ਜੋ ਐਗਜ਼ਾਮ ਪੈਟਰਨ ਸਾਰਾ ਚੱਲ ਰਿਹਾ, ਕਿਉਂਕਿ ਮਾਨਤਾ ਹੁਣ ਮਿਲੀ ਹੈ ਆਪਾਂ ਨੂੰ ਲਾਸਟ ਈਅਰ, ਉਸ ਤੋਂ ਬਾਅਦ ਜੋ ਵੀ ਚੇਂਜਸ ਆਪਾਂ ਨੂੰ ਕਰਨੇ ਪਏ ਸੀ ਉਹ ਪੰਜਾਬ ਬੋਰਡ ਤੋਂ ਵੱਖ ਹੋ ਕੇ ਜਿਹੜੀ ਨਵੀਂ ਜੋ NEP 2020 ਆ ਉਸ ਦੇ ਅਕੋਰਡਿੰਗ ਆਪਾਂ ਸਾਰਾ ਕਰਿਕੁਲਮ ਸੈੱਟ ਕਰ ਰਹੇ ਹਾਂ।
मैडम की कहना चाहोगे कि सी बी एस ई के तो नॉर्म्स ही ऐसे ने कि अपने हर तरह का जिहड़ा सिस्टम हैगा उहदे विच कल्चरल उहदे विच गेम आधारित उहदे विच एक मैंटल एटीट्यूड नूं वधाउण वाले जिहड़ियां हैगियां करिकुलम ऐतकी उन्होंने दित्ते हुए आ जिहदे नाल कि बच्चों की होर ओवरऑल डिवेलपमेंट होगी उन्होंने टूर्स उन्होंने होर नवीं चीज़ा। बिल्कुल सर तुम सही कहा, सी बी एस ई हमेशा ही नवे करिकुलम जो है ऐड करते हैं, नवी नीतियाँ जो भी उन्हों का सिक्ख्या का ढांचा वो बिल्कुल अलग है। सो और अकॉर्डिंग आप कई जो है नॉर्म्स उन्होंने फॉलो कर रहे हैं पहले तो ही, सो इस करके सानू कोई ज़्यादा समस्या का सामना नहीं करना पै रहा। आप रीसेंटली कई साल तो मतलब जो टूर ट्रैवल जो बच्चे जिते लाइक करते हैं उन्होंने उत्थे कमाउन भी लेके जाने हैं और जिथे उन्होंने विद्यक टूर की जरूरत है उत्थे वो भी उन्होंने दवाए जाते हैं। समर कैंप वगैरह की जे आप गल करिए समर के बच्चों टूर ट्रैवल जरूर करवाया जाता है। और गल रही बाकी जो उन्होंने एप्टीट्यूड रीजनिंग टैसट की तो उन्होंने भी बच्चे जोड़े उत्साह भाग लेंगे है, हर एक एक्टिविटी बच्चे पूरी जो है तनदेही निभाते हैं और अपना जो स्टाफ है बहुत मेहनती है लगातार वो बच्चों को गाइड कर रहे हैं। मैडम जिस तरीके नाल तुसी सारे स्टाफ नू नाल लेके चल रहे हो और हमेशा तुहाडी यही है कि स्कूल क्रिएटिविटी वल जावे, पिछले लंबे समय तो तुसी स्कूल दे नाल अटैच हो सेवा कर रहे हो, की कहना चाहोगे कि आने वाला समा भी जिदा 2022-23 तुसी कढ़िया हैगा लेकिन 23-24 दे विच होर सिचुएशन जिहड़ियां हैगियां होर प्रेशर सिचुएशन होर एक अगाह वधू सोच तुहाडी उधरों सी बी एस ई का पैटर्न हैगा की कहना चाहोगे? बिल्कुल सर, जिवें विद्यक सैशन 2022-23 दे विच नतीजे जिहड़े शानदार रहे ने स्पोर्ट्स भी और विद्यक पक्ष तो भी, तो सेम ही दिस ईयर भी असी उस तरह लगन मेहनत नाल कोशिश करांगे और बच्चे भी जो बहुत वधिया तरीके दे नाल फॉलो करते हैं हर गल नूं और मेहनती स्टाफ दे सदका ही जिहड़ा स्कूल अगां वधू हो रहा और अपनियां जो नवीं सिक्ख्या नीतियां उन्हां दे अनुसार चल रहा। थैंक यू मैडम। थैंक यू सर। गुड मॉर्निंग, दिस इज अवर स्कूल कंप्यूटर लैब, दिस इज वेरी ब्यूटीफुल लैब, यू ऑल्सो लुक स्टूडेंट आर डूइंग वर्क ऑन द कंप्यूटर, दे आर फुल इंजॉय, दे आर डूइंग प्रैक्टिकल वर्क लाइक यू कैन सी लाइक सम स्टूडेंट आर डूइंग MS पेंट एंड अदर दे आर मेकिंग अकॉर्डिंग देयर चॉइस लाइक एज दिस स्टूडेंट मेकिंग द हर्ट एंड दिस स्टूडेंट ऑल्सो मेकिंग द हर्ट, दे आर डूइंग हेयर प्रैक्टिकल वर्क फिल द कलर इन आवर लैब, देर आर टोटल 20 पीसीज एंड स्टूडेंट डूइंग वर्क अकॉर्डिंग टू देयर चॉइस, यू कैन ऑल्सो लुक। Our physics lab in which we can perform our natural phenomena. You can see there are meters. Myself Harmandeep Kaur and
I am here to talk about glass slabs and prisms, and these are used to refraction of the light. I am here to introduce our social science lab. There are students which were gained about knowledge of our India or other countries with the help of maps. You can see there are maps of different countries or India. I am here to introduce our biology lab. We can gain knowledge about our microorganisms, in which we can see in microorganisms in microscope by slices, different slices. You can see students are seeing different microorganisms by using microscope. Now, I am here to introduce our chemistry lab, in which we can perform our chemical activities. Now you can see students are performing different activities using chemicals. We can gain knowledge about chemicals in our chemistry lab. The teachers provide us different chemicals. Hello friends, I am student Om Sant Mihan Singh Rajabir Senior Secondary School. Now I am going to show my activity, come smart room. Now you can see students enjoy this.